ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਨਿਹਾਲ ਸਿੰਘ ਵਾਲਾ ਤੋਂ 21 ਮੈਂਬਰਾਂ ਦੀ ਚੋਣ ਭੁਪਿੰਦਰ ਸਿੰਘ ਮਹੇਸ਼ਰੀ ਮੀਤ ਪ੍ਰਧਾਨ ਪੰਜਾਬ ਅਤੇ ਮੁਖਤਿਆਰ ਸਿੰਘ ਦੀਨਾ ਪ੍ਰੈਸ ਸਕੱਤਰ ਜ਼ਿਲ੍ਹਾ ਮੋਗਾ ਦੀ ਅਗਵਾਈ ਵਿੱਚ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ 'ਚ ਪ੍ਰਧਾਨ ਮਨਜੀਤ ਸਿੰਘ ਖੋਟੇ, ਜਨਰਲ ਸਕੱਤਰ ਕਰਮ ਸਿੰਘ, ਸੈਕਟਰੀ ਫਤੋਹੀਰਾ ਸਿੰਘ, ਪ੍ਰਤਾਪ ਸਿੰਘ, ਦੀਨਾ ਮੀਤ ਪ੍ਰਧਾਨ, ਬਾਬੂ ਸਿੰਘ ਸੈਦੋ ਕੇ ਖਜਾਨਚੀ ਅਤੇ ਜਗਤਾਰ ਸਿੰਘ ਨੰਗਲ ਨੂੰ ਪ੍ਰੈਸ ਸਕੱਤਰ ਚੁਣ ਲਿਆ ਗਿਆ। ਇਸ ਮੌਕੇ ਚੁਣੇ ਹੋਏ ਨਵ ਨਿਯੁਕਤ ਮੈਂਬਰਾਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਲਈ ਪੂਰੀ ਤਰ੍ਹਾਂ ਤਨਦੇਹੀ ਨਾਲ ਕੰਮ ਕਰਨ ਦਾ ਪ੍ਰਣ ਵੀ ਲਿਆ। ਇਸ ਮੌਕੇ ਭੁਪਿੰਦਰ ਸਿੰਘ ਮਹੇਸ਼ਰੀ ਵੱਲੋਂ ਪੰਜਾਬ ਦੀ ਨਵੀਂ ਚੁਣੀ ਗਈ ਕਾਂਗਰਸ ਸਰਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਸ ਹੈ ਕਿ ਕਾਂਗਰਸ ਸਰਕਾਰ ਆਪਣੇ ਚੋਣ ਮੈਸਟਰੀ ਮੈਨੀਫੈਸਟੋ ਅਨੁਸਾਰ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰੇਗੀ। ਅਸੀਂ ਅੱਜ ਨਿਹਾਲ ਸਿੰਘ ਵਾਲੇ ਦੇ ਵਿੱਚ ਨਵੀਂ ਕਮੇਟੀ ਤਿਆਰ ਕੀਤੀ ਹੈ, ਜਿਹਦਾ ਜਿਹੜਾ ਇੱਥੋਂ ਤਹਿਸੀਲ ਦਾ ਪ੍ਰਧਾਨ ਮਨਜੀਤ ਸਿੰਘ ਖੋਟੇ ਬਣਾਇਆ। ਇੱਥੇ ਅੱਜ ਜਿਹੜੀ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਦੱਸਿਆ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕੇਂਦਰ ਸਰਕਾਰ ਤੋਂ, ਬਈ ਜਿਹੜੀ ਵਿਦੇਸ਼ਾਂ ਤੋਂ ਕਣਕ ਵਪਾਰੀ ਖਰੀਦ ਕੇ ਆਪਣੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਲਿਆ ਰਿਹਾ, ਉਹ 'ਤੇ ਜਿਹੜੀ ਐਕਸਾਈਜ਼ ਡਿਊਟੀ ਹੈ ਉਹ ਇਹਨਾਂ ਨੇ ਪਹਿਲਾਂ 25% ਸੀਗੀ, 25% ਸੀ, ਮੁੜ ਕੇ ਇਹਨਾਂ ਨੇ ਘਟਾ ਕੇ 10 ਕਰਤੀ, ਹੁਣ ਇਹਨਾਂ ਨੇ ਜਮਾਂ ਹੀ ਚੱਕਤੀ। ਇਸ ਕਰਕੇ ਜਿਹੜਾ ਇੱਥੋਂ ਦੇ ਕਿਸਾਨ ਜਿਹੜੇ ਵਪਾਰੀ ਨੇ ਕਣਕ ਲਿਆ ਕੇ ਮਿੱਲਾਂ ਵਾਲਿਆਂ ਨੂੰ, ਚੱਕੀਆਂ ਵਾਲਿਆਂ ਨੂੰ ਦੇਤੀ ਆ, ਕਿਸਾਨ ਦੀ ਕਣਕ ਜਦੋਂ ਅੱਗੇ ਆਪਣਾ ਬਫਰ ਸਟਾਕ ਹੋਣ ਆਰ ਜਾ ਰਿਹਾ, ਇਹਨਾਂ ਨੂੰ ਬਾਹਰੋਂ ਕਣਕ ਮੰਗਾਉਣ ਦੀ ਲੋੜ ਨਹੀਂ, ਅਤੇ ਨਾਲ ਹੀ ਇਹਨਾਂ ਨੂੰ ਇਹ ਚਾਹੀਦਾ ਵੀ ਉਹ 'ਤੇ 25% ਐਕਸਾਈਜ਼ ਡਿਊਟੀ ਲਾਉਣੀ ਚਾਹੀਦੀ ਹੈ, ਤਾਂ ਜੋ ਕਿ ਜਿਹੜਾ ਕਿਸਾਨ ਦਾ ਜਿਹੜਾ ਬਫਰ ਸਟਾਕ ਕਣਕ ਦਾ ਆ ਰਿਹਾ ਉਹ ਬਚ ਸਕੇ। ਪੰਜਾਬ ਸਰਕਾਰ ਦੀ ਅਸੀਂ ਆਸ ਇਹ ਕਰਦੇ ਹਾਂ, ਕੈਪਟਨ ਨੇ ਸੈਂਟਰ ਕੋਲੇ ਕੇਸ ਆਪਦਾ ਵਧੀਆ ਪੇਸ਼ ਕੀਤਾ, ਪਰ ਸੈਂਟਰ ਨੇ, ਅਸੀਂ ਤਾਂ ਪਹਿਲਾਂ ਵੀ ਪ੍ਰੈਸ ਬਿਆਨ ਕਹਿਤਾ ਬਈ ਇਹ ਜਿਹੜੀ ਸਰਕਾਰ ਹੈ ਕੈਪਟਨ ਸਰਕਾਰ ਨੇ ਭਾਰਤ ਸਰਕਾਰ ਤੋਂ ਜਿਹੜੀ ਮੰਗ ਕੀਤੀ ਠੀਕ ਆ, ਉਹ ਮੰਗ ਕੀਤੀ ਹੈ, ਪਰ ਕੈਪਟਨ ਜਿਹੜੇ ਆ ਪਿੰਡਾਂ ਦੇ ਵਿੱਚ ਫਾਰਮ ਭਰਾਉਂਦਾ ਰਿਹਾ ਲੋਕਾਂ ਤੋਂ, ਮੈਂ ਕਰਜ਼ਾ ਛੱਡੂੰਗਾ, ਕਿਉਂਕਿ ਜੇ ਸੈਂਟਰ ਨੇ ਤਾਂ ਕਹਿਤਾ ਵੀ ਜੇ ਕਰਜ਼ਾ ਛੱਡਣਾ ਤੇ ਆਪਦੇ ਤੌਰ ਤੇ ਛੱਡੋ, ਤੇ ਕਿਉਂਕਿ ਸੈਂਟਰ ਤਾਂ ਸਾਰੇ ਹਿੰਦੁਸਤਾਨ ਦਾ ਕਰਜ਼ਾ ਮਾਫ਼ ਕਰੂਗਾ, ਤੇ ਇਹ ਜਿਹੜੇ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਅਸੀਂ ਜ਼ਰੂਰ ਪੂਰੇ ਕਰਾਉਣੇ ਆ, ਤੇ ਜੇ ਨਹੀਂ ਤਾਂ ਅਸੀਂ ਇਹ ਜਿਹੜੀ ਇਹਨਾਂ ਦੀ ਜਿਹੜੀ ਜਿਹੜਾ ਚੋਣ ਮੈਨੀਫੈਸਟੋ ਚ ਵਾਅਦੇ ਨੇ ਨਾ ਪੂਰੇ ਕੀਤੇ ਤਾਂ ਅਸੀਂ ਆਪਦਾ ਸੰਘਰਸ਼ ਸ਼ੁਰੂ ਕਰਾਂਗੇ।